ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤ ਦਿਨੀ ਜਿਹੜੇ ਰਾਜਾਂ ਦੇ ਵਿੱਚ ਇਲੈਕਸ਼ਨ ਹੋਏ ਸੀ ਉਹਨਾਂ ਦੇ ਚੋਣ ਨਤੀਜੇ ਆ ਗਏ ਨੇ ਔਰ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਧਿਰਾਂ ਨੇ ਆਪਣੀ ਬਾਜ਼ੀ ਮਾਰੀ ਹੈ ਤੇ ਇਹਨਾਂ ਸਭ ਨਤੀਜਿਆਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਵੱਧ ਰਾਜਾਂ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਵਿੱਚ ਸਫਲ ਰਹੀ ਇਹਨਾਂ ਰਾਜਾਂ ਦੇ ਵਿੱਚ ਨਤੀਜਿਆਂ ਦੇ ਲਈ ਸਾਰੀ ਪਾਰਟੀਆਂ ਨੇ ਜ਼ੋਰ ਲਾਇਆ ਤਿੰਨ ਪਾਰਟੀਆਂ ਦੀ ਦੌੜ ਦੇ ਵਿੱਚ ਸੀ ਆਮ ਆਦਮੀ ਪਾਰਟੀ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਸ ਸਮੇਂ ਸੱਤਾ ਧਿਰ ਦੇ ਉੱਪਰ ਕਾਬਜ਼ ਹੈ ਜਿਹੜੇ ਉਹਦੇ ਨਤੀਜੇ ਹੈ ਜਿੰਨੇ ਉਹਨਾਂ ਨੂੰ ਵੋਟ ਪ੍ਰਤੀਸ਼ਤ ਮਿਲਿਆ ਹੈ ਉੱਥੇ ਉਹ ਇੱਕ ਬਹੁਤ ਵੱਡਾ ਸਵਾਲ ਉਹਨਾਂ ਦੀ ਪਾਰਟੀ ਦੇ ਮੁਰੇ ਖੜਾ ਕਰਦੀ ਹੈ ਇੱਕ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਕਰਦੀ ਹੈ ਜਿਹੜਾ ਪ੍ਰਸ਼ਨ ਚਿੰਨ੍ਹ ਪੰਜਾਬ ਤੇ ਪੰਜਾਬ ਸਰਕਾਰ ਦੇ ਮੂਰੇ ਹੈ ਉਹਨੂੰ ਵਿਚਾਰਨਾ ਪਏਗਾ ਇਸ ਤੋਂ ਲਾਵਾ ਉਹਨਾਂ ਨਤੀਜਿਆਂ ਤੇ ਮੰਥਨ ਕਰਨਾ ਪੰਜਾਬ ਸਰਕਾਰ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕੁਝ ਗੱਲਾਂ ਵੀ ਤੇ ਨਹੀਂ ਪੰਜਾਬ ਦੇ ਵਿੱਚ ਵਾਪਰੀਆਂ ਉਹਨਾਂ ਦੇ ਉੱਪਰ ਇੱਕ ਬੜੇ ਵੱਡੇ ਗੰਭੀਰ ਸਵਾਲ ਖੜੇ ਹੁੰਦੇ ਨੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਸਭ ਤੋਂ ਵਿਧਾਇਕ ਦਾ ਇੱਕ ਵੀਡੀਓ ਬਾਹਰ ਆਉਂਦਾ ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਉਹਨਾਂ ਨੇ ਆਪਣੀ ਸਰਕਾਰ ਦੇ ਦੌਰਾਨ ਗੁਰਦਾਸਪੁਰ ਦਾ ਇੱਕ ਜਿਹੜਾ ਸਧਾਰਨ ਬੱਸ ਅਡਾ ਉਹ ਬਣਾਇਆ ਸੀ ਉਹਦੇ ਬਾਰੇ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹਦਾ ਉਦਘਾਟਨ 15 ਦਸੰਬਰ ਤੋਂ ਬਾਅਦ ਕਰਾਂਗੇ ਤੇ ਤੁਹਾਨੂੰ ਅਸੀਂ ਇਹਦੇ ਵਿੱਚ ਜ਼ਰੂਰ ਬੁਲਾਣਾ ਚਾਹਾਂਗੇ ਪਰ ਬੀਤੇ ਦਿਨੀ ਜਦੋਂ ਕੇਜਰੀਵਾਲ ਸਾਹਿਬ ਪੰਜਾਬ ਦਾ ਦੌਰਾ ਕਰਦੇ ਨੇ ਤਾਂ ਉਸ ਕਾਂਗਰਸ ਦੇ ਵਿਧਾਇਕ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਉੱਤੇ ਪੁਲਿਸ ਲਗਾ ਦਿੱਤੀ ਜਾਂਦੀ ਹੈ ਐਨੀ ਸਿਆਸੀ ਅਸਥਿਰਤਾ ਤੁਹਾਡੇ ਮਨਾਂ ਦੇ ਵਿੱਚ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਕਿਸ ਤਰ੍ਹਾਂ ਦਾ ਬਦਲਾਅ ਹੈ ਬਸ ਸਾਡਾ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਤੇ ਸੜਕਾਂ ਦੇ ਕੰਡੇ ਮਸ਼ਹੂਰੀਆਂ ਇਹ ਮਸ਼ਹੂਰੀਆਂ ਉਸ બસ ਅੱਡੇ ਦੇ ਉਤਗਾਟਨ ਦੇ ਲਈ ਜਿਹੜੀਆਂ ਫਲੈਕਸਾਂ ਲਗਾਈਆਂ ਗਈਆਂ ਸੀ ਉਹਦੇ ਉੱਪਰ ਇੱਕ ਚਿਹਰਾ ਦਿੱਲੀ ਦੇ ਮੁੱਖ ਮੰਤਰੀ ਦਾ ਦਿੱਲੀ ਦੇ ਮੁੱਖ ਮੰਤਰੀ ਦਾ ਪੰਜਾਬ ਦੇ ਨਾਲ ਕੀ ਸੰਬੰਧ ਨਾ ਤਾਂ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਤੇ ਨਾ ਉਹ ਪੰਜਾਬ ਦੀ ਧਰਤੀ ਤੇ ਕਿਸੇ ਭੂਮਿਕਾ ਦੇ ਵਿੱਚ ਆਪਦੀ ਭੂਮਿਕਾ ਅਦਾ ਕਰ ਰਿਹਾ ਹੈ ਇੰਨਾ ਫਲੈਕਸਾਂ ਦੀ ਜ਼ੋਰ ਇੰਨਾ ਫਲੈਕਸਾਂ ਦੇ ਖਰਚਾ ਖਦੋਬਾਰ ਅੱਜ ਆਰਬੀਆਈ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਦੇ ਵਿੱਚ ਪੰਜਾਬ ਸਰਕਾਰ ਨੇ 914 ਕਰੋੜ ਦਾ ਜਿਹੜਾ ਕਰਜ਼ਾ ਉਹ ਚੁੱਕਿਆ ਹੈ ਤੇ ਇਹ ਤੋਂ ਪਹਿਲਾਂ ਯਾਨੀ ਕਿ ਜਿਹੜਾ ਪਿਛਲੇ ਨਵੰਬਰ ਮਹੀਨੇ ਸੀ 4450 ਕਰੋੜ ਦਾ ਕਰਜ਼ ਜਿਹੜਾ ਆਰਬੀਆਈ ਤੋਂ ਉਹ ਪੰਜਾਬ ਸਰਕਾਰ ਨੇ ਚੁੱਕਿਆ ਇਹ ਸਾਰਾ ਪੈਸਾ ਜਾ ਕਿੱਥੇ ਰਿਹਾ ਕੀ ਪੰਜਾਬ ਦੇ ਵਿਕਾਸ ਤੇ ਪੈਸਾ ਲੱਗ ਰਿਹਾ ਹੈ ਕੀ ਪੰਜਾਬ ਦੇ ਵਿੱਚ ਨਵੇਂ ਹਸਪਤਾਲਾਂ ਤੇ ਨਵੇਂ ਸਕੂਲਾਂ ਤੇ ਸੜਕਾਂ ਤੇ ਯਾ ਹੋਰ ਪਬਲਿਕ ਜਿਹੜੀ ਪ੍ਰਾਪਰਟੀਆਂ ਆ ਉਹਦਾ ਨਿਰਮਾਣ ਹੋ ਰਿਹਾ ਹੈ ਇਹਦਾ ਜਵਾਬ ਸਾਰੇ ਪੰਜਾਬ ਨੂੰ ਪਤਾ ਨਹੀਂ ਪੰਜਾਬ ਨੂੰ ਕਰਜ਼ੇ ਦੇ ਥੱਲੇ ਇਹ ਸਰਕਾਰ ਡਬੋਂ ਤੇ ਲੱਗੀ ਪਈ ਹੈ ਕਿਉਂ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਮਾਨੀਓ ਗੁਰਵਿੰਦ ਕੇਤਰੀਵਾਲ ਦਾ ਇੱਕ ਬਿਆਨ ਆਇਆ ਸੀ ਕਿ ਅਸੀਂ ਜਿਹੜਾ ਰੈਵਨਿਊ ਇਹਨਾਂ ਕ ਇਕੱਠਾ ਕਰਾਂਗੇ 4000 ਸੌਰੀ 54000 ਕਰੋੜ ਦਾ ਰੈਵਨਿਊ ਅਸੀਂ ਇਕੱਠਾ ਕਰ ਲਾਂਗੇ ਜੀ ਇੰਨਾ ਕ ਪੰਜਾਬ ਦੇ ਅਸੀਂ ਮਾਈਨਿੰਗ ਦਾ ਪ੍ਰਬੰਧ ਇਸ ਤਰ੍ਹਾਂ ਕਰਾਂਗੇ ਹੋਰ ਜਿਹੜੀ ਟੈਕਸਿਸ ਨੇ ਪੰਜਾਬ ਦੇ ਉਹਨਾਂ ਦਾ ਪ੍ਰਬੰਧ ਕਰਾਂਗੇ ਉਹ 54000 ਕਰੋੜ ਕਿੱਥੇ ਗਿਆ ਉਸ ਰੈਵਨਿਊ ਦਾ ਬਣਿਆ ਕੀ ਜਿਸ ਤਰ੍ਹਾਂ ਰੇਤ mafia ਪਹਿਲਾਂ ਚੱਲ ਰਿਹਾ ਸੀ ਉਦਾਂ ਦੁੱਗਣੀ ਤਰੀਕੇ ਦੇ ਨਾਲ ਹੁਣ ਚੱਲ ਰਿਹਾ ਜਿਹੜਾ ਨਸ਼ਾ ਪਹਿਲਾਂ ਕਦੀ ਲੋਕ ਛਿਪ ਕੇ ਵਿਗਦਾ ਸੀ ਅੱਜ ਕੱਲ੍ਹ ਸ਼ਰੀਅਮ ਵਿਕਣ ਲੱਗ ਗਿਆ ਇਹ ਪੈਸਾ ਜਾ ਕਿੱਥੇ ਰਿਹਾ ਤੁਸੀਂ ਪੰਜਾਬ ਸਰਕਾਰ ਨੇ ਆਪਣੀ ਮਸ਼ਹੂਰੀ ਦੇ ਲਈ ਪਹਿਲਾਂ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜਿਹੜੀਆਂ ਹਰਮੰਦਰ ਸਾਹਿਬ ਦੇ ਬਾਹਰ ਜਿਹੜੀ ਵਿਰਾਸਤੀ ਮਾਰਗ ਬਣਿਆ ਉਹਨਾਂ ਦੇ ਉੱਪਰ ਜਿਹੜੀਆਂ LED's ਚੱਲਦੀਆਂ ਨੇ ਉਹਨਾਂ ਦੇ ਉੱਪਰ ਆਪਣੀਆਂ ਮਸ਼ਹੂਰੀਆਂ ਦੇ ਉੱਪਰ ਸਾਰਾ ਪੈਸਾ ਖਰਚ ਕੀਤਾ ਹੁਣ ਜਿਹੜੇ ਨਵੇਂ ਵਿਰੋਧ ਸਨਾਤਨੀ ਭਾਈਚਾਰੇ ਦੇ ਵੱਲੋਂ ਆ ਰਿਹਾ ਕਿਸ਼ਰੀ ਦੇਵੀ ਤਲਾਬ ਮੰਦਿਰ ਜਲੰਧਰ ਦੇ ਵਿੱਚ ਉੱਥੇ ਵੀ ਯਾਨੀ ਕਿ ਗੁਰਦੁਆਰੇ ਤੋਂ ਬਾਅਦ ਹੁਣ ਮੰਦਿਰਾਂ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਆਪਣੀਆਂ ਮਸ਼ੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਦੇ ਉੱਪਰ ਵੀ ਬੜੀ ਵੱਡੀ ਇਲੈਕਟ੍ਰੋਨਿਕ ਸਕਰੀਨ ਲਗਾਈ ਗਈ ਹੈ ਤੇ ਉਹਦੇ ਉੱਪਰ ਉਹਨਾਂ ਦੀ ਸਰਕਾਰ ਦੀ ਮਸ਼ੂਰੀਆਂ ਚੱਲਦੀਆਂ ਨੇ ਜੇ ਮਾਨਯੋਗ ਮੁੱਖ ਮੰਤਰੀ ਸਰ ਦਾ ਪਹਿਲਾ ਬਿਆਨ ਸੀ ਉਹ ਵੀ ਚੇਤੇ ਕਰਨਾ ਬਹੁਤ ਲਾਜ਼ਮੀ ਹੈ ਕਿ ਜੇ ਤੁਸੀਂ ਕੰਮ ਕੀਤਾ ਤਾਂ ਤੁਹਾਨੂੰ ਮਸ਼ਹੂਰੀਆਂ ਕਰਨ ਦੀ ਲੋੜ ਨਹੀਂ ਪਰ ਹੁਣ ਸਰਕਾਰ ਮਸ਼ਹੂਰੀਆਂ ਦੇ ਉੱਪਰ ਉਤਰ ਆਈ ਹੈ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪਹਿਲਾ ਪੰਜਾਬ ਹੜ੍ਹਾਂ ਦੇ ਵਿੱਚ ਡੁੱਬਿਆ ਕਿਸਾਨੀ ਸਾਡੀ ਦਾ ਬੇੜਾ ਗਰਕ ਹੋ ਗਿਆ ਸਿੱਖਿਆ ਸਾਡੇ ਜਿਹੜਾ ਸਕੂਲ ਨੇ ਉਹਨਾਂ ਦਾ ਕੀ ਹਾਲ ਹੈ ਉਹ ਬੀਤੇ ਦਿਨੀ ਮੈਰਿਟਰੀ ਸਕੂਲ ਦਾ ਜਿਹੜਾ ਵੀ ਕਾਂਡ ਹੋਵੇ ਉਹ ਸਾਹਮਣੇ ਆਇਆ ਫਰੋਸਤ ਤੁਰੰਤ ਬਾਅਦ ਨਕੋਦਰ ਦੇ ਵਿੱਚ ਇੱਕ ਨਿੱਜੀ ਸਕੂਲ ਦੇ ਵਿੱਚ ਕਾਨਵੈਂਟ ਸਕੂਲ ਦੇ ਵਿੱਚ ਜਿਹੜਾ ਸਹੂਲਤਾਂ ਨੂੰ ਲੈ ਕੇ ਸਾਹਮਣੇ ਆਇਆ ਕਿ ਬੱਚੇ ਬਿਮਾਰ ਪਏ ਉਹਦੇ ਉੱਪਰ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਦਾ ਧਿਆਨ ਬਸ ਫਲੈਕਸਾਂ ਦੇ ਉੱਪਰ ਬੜੀ ਵੱਡੀ ਵੱਡੀ ਹੋਲਡਿੰਗਸ ਲਗਾਉਣ ਦੇ ਉੱਪਰ ਇਹਨਾਂ ਦੇ ਉੱਪਰ ਹੀ ਹੈ ਜਿਹੜਾ ਇਹਨਾਂ ਕਰਜ਼ਾ ਚੁੱਕ ਰਹੀ ਸਰਕਾਰ ਇਹ ਪੈਸਾ ਦਵੇਗਾ ਕੌਣ ਪੈਸਾ ਜਾ ਕਿੱਥੇ ਰਿਹਾ ਇਹ ਪੈਸਾ ਜਾ ਰਿਹਾ ਹੈ ਬਾਰਲੇ ਰਾਜਾਂ ਦੇ ਵਿੱਚ ਇਲੈਕਸ਼ਨ ਲੜਨ ਦੇ ਲਈ ਪੰਜਾਬ ਸਰਕਾਰ ਨੇ ਉਸ ਤੋਂ ਪਹਿਲਾਂ ਗੁਜਰਾਤ ਦੇ ਇਲੈਕਸ਼ਨ ਹੋਣ ਹਿਮਾਚਲ ਪ੍ਰਦੇਸ਼ ਦੇ ਇਲੈਕਸ਼ਨ ਹੋਣ ਇਲੈਕਸ਼ਨ ਉਹਨਾਂ ਰਾਜਾਂ ਦੇ ਮੁੱਖ ਮੰਤਰੀ ਦਿੱਲੀ ਦਾ ਬਾਕੀ ਮੰਤਰੀ ਸਟਾਫ ਦਿੱਲੀ ਦਾ ਤੇ ਜਹਾਜ਼ ਕਿੱਥੋਂ ਦੇ ਪੰਜਾਬ ਸਰਕਾਰ ਦੇ ਬਿੱਲ ਕਿਹਨਾਂ ਦੇ ਖਾਤੇ ਚ ਪੈ ਰਿਹਾ ਪੰਜਾਬ ਸਰਕਾਰ ਦੇ ਪੰਜਾਬੀਆਂ ਦੇ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸੇ ਕਰਕੇ ਸੱਤਾ ਦਿੱਤੀ ਸੀ ਕਿ ਤੁਸੀਂ ਪੰਜਾਬ ਦਾ ਪੈਸਾ ਬਾਹਰਲੇ ਰਾਜਾਂ ਦੇ ਵਿੱਚ ਇਲੈਕਸ਼ਨ ਜਿੱਤਣ ਦੇ ਲਈ ਉੱਪਰ ਲਗਾਓ ਉਹਨਾਂ ਦੇ ਉੱਪਰ ਖਰਚ ਕਰਨ ਦੇ ਲਗਾਓ ਉਹਨਾਂ ਹਜ਼ਾਰਾਂ ਦੇ ਜੈਟਾਂ ਦੀ ਤੁਸੀਂ ਵਰਤੋਂ ਕਰੋ ਜਿਨ੍ਹਾਂ ਦਾ ਕਿਰਾਇਆ ਇੱਕ ਦਿਨ ਦਾ 50-50 ਲੱਖ ਔਰ 18 ਦਿਨ ਵਾਸਤੇ ਤੁਸੀਂ ਉਹ ਜੈਟ ਹਵਾਈ ਜਹਾਜ਼ ਬੁੱਕ ਕਰੋ ਇਹ ਕਿਉਂ ਇਹ ਪੈਸਾ ਕਿੱਥੋਂ ਦਾ ਹੈ ਤੁਸੀਂ ਪੰਜਾਬ ਨੂੰ ਬਚਾ ਰਹੇ ਹੋ ਤੇ ਤੁਸੀਂ ਪੰਜਾਬ ਨੂੰ ਡੋਬ ਰਹੇ ਹੋ ਮਾਨਯੋਗ ਭਗਵੰਤ ਮਾਨ ਸਾਹਿਬ ਤੇ ਮਾਨਯੋਗ ਕੇਜਰੀਵਾਲ ਸਾਹਿਬ ਤੁਹਾਨੂੰ ਇਹ ਗੱਲ ਸਮਝ ਨਹੀਂ ਪਵੇਗੀ ਕਿ ਇਹ ਜਿਹੜਾ ਅੱਜ ਦਾ ਡਿਜੀਟਲ ਯੁੱਗ ਹੈ ਨਾ ਇਹਦੇ ਵਿੱਚ ਕੋਈ ਵੀ ਚੀਜ਼ ਕਿਸੇ ਤੋਂ ਲੁਕੀ ਨਹੀਂ ਰਹਿੰਦੀ ਇਹ ਉਹੀ ਪੰਜਾਬੀ ਨੇ ਜਿਹੜੇ ਬਾਹਰਲੇ ਦਾ ਮੱਥਾ ਲਾ ਸਕਦੇ ਤਾਂ ਫਿਰ ਇੱਕ ਸਾਡੀ ਸਤਾਤਾਰੀ ਪਾਰਟੀ ਦੀ ਜ਼ਰੂਰਤ ਕੀ ਹੈ ਇਹ ਉਹ ਪਾਰਟੀ ਹੈ ਜਿਨੇ ਪ੍ਰਾਤਨ ਪਾਰਟੀਆਂ ਨੂੰ ਨਕਾਰ ਕੇ ਤੁਹਾਨੂੰ ਇੱਕ ਮੌਕਾ ਦਿੱਤਾ ਤੁਹਾਡੇ ਕੋਲ ਸਮਾਂ ਸੀ ਕਿ ਤੁਸੀਂ ਇੱਥੇ ਇੱਕ ਸਟੈਂਡਰਡ ਸੈੱਟ ਕਰ ਦੇ ਤੁਹਾਡੇ ਰਾਜਾਂ ਦੇ ਵਿੱਚ ਸਾਡੇ ਨੌਜਵਾਨ ਮਰ ਰਹੇ ਨੇ ਸਾਡੇ ਅਧਿਆਪਕ ਮਰ ਰਹੇ ਨੇ ਧੀਆਂ ਭਣਾਂ ਦੀਆਂ ਚੁੰਨੀਆਂ ਲਾਈਆਂ ਜਾ ਰਹੀਆਂ ਨੇ ਚਾਹੇ ਸੁਲਤਾਨਪੁਰ ਲੋਧੀ ਦੇ ਵਿੱਚ ਪੁਲਿਸ ਦੁਆਰਾ ਗੁਰਦੁਆਰੇ ਦੇ ਵਿੱਚ ਵੜ ਕੇ ਗੋਲੀਬਾਰੀ ਦੀ ਘਟਨਾ ਹੋਵੇ ਜਾਂ ਹੋਰ ਦੂਜੇ ਰਾਜਾਂ ਦੇ ਇਲੈਕਸ਼ਨ ਦੇ ਵਿੱਚ ਤੁਹਾਡੀਆਂ ਝੂਠੀਆਂ ਗਰੰਟੀਆਂ ਝੂਠੇ ਵਾਅਦੇ ਜਿਹੜੇ ਤੁਸੀਂ ਲੋਕਾਂ ਨਾਲ ਕਰ ਰਹੇ ਹੋ ਤੁਸੀਂ ਕਿ ਸਮਝੋ ਕਿ ਇਹਨਾਂ ਦੇ ਸਹਾਰੇ ਤੇ ਤੁਸੀਂ ਬਾਹਰਲੇ ਰਾਜਾਂ ਦੇ ਵਿੱਚ ਇਲੈਕਸ਼ਨ ਜਿੱਤ ਤਾਂ ਹੋਗੇ ਹਿਮਾਚਲ ਇਲੈਕਸ਼ਨ ਦੇ ਵਿੱਚ ਜਿਹੜੀ ਤੁਹਾਡੀ ਗਤੀ ਹੋਈ ਉਹ ਸਭ ਨੇ ਦੇਖੀ ਹੁਣ ਅਸੀਂ ਗੱਲ ਕਰਾਂਗੇ Rajasthan Madhya Pradesh Chhattisgarh ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਆ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੀ ਸਰਕਾਰ ਦਾ ਕੀ ਬਣਿਆ ਦਿੱਨਾ ਰਾਜਾਂ ਦੇ ਵਿੱਚ ਸਰਕਾਰ ਜਿਹੜੀ ਸੀਗੀ ਆਮ ਆਦਮੀ ਪਾਰਟੀ ਨੇ 200 ਤੋਂ 4 ਕੈਂਡੀਡੇਟ ਖਿਲਾਰੇ ਸੀ ਤੇ ਜਿਹਦੇ ਵਿੱਚੋਂ 201 ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਇੱਕ ਸਵਾਲ ਹੈ ਤੁਹਾਡੇ ਸਾਹਮਣੇ ਕਿਉਂ ਪੰਜਾਬ ਦੇ ਵਿੱਚ ਤੁਸੀਂ ਪੂਰਨ ਤੋਂ ਜ਼ਿਆਦਾ ਬਹੁਮਤ ਦੇ ਨਾਲ ਇੱਥੇ ਆਉਨੇ ਹੋ ਤੇ ਉਹਨਾਂ ਰਾਜਾਂ ਵਿੱਚ ਤੁਹਾਡੀ ਜਮਾਨਤਾਂ ਜ਼ਬਤ ਹੋ ਜਾਂਦੀਆਂ ਨੇ ਕਿਉਂਕਿ ਉਹ ਲੋਕ ਜਾਣਦੇ ਨੇ ਕਿ ਤੁਸੀਂ ਪੰਜਾਬ ਦਾ ਕੀ ਹਾਲ ਕਰ ਦਿੱਤਾ ਤੁਸੀਂ ਪੰਜਾਬ ਦੇ ਉੱਪਰ ਕਰਜ਼ਾ ਲੈ ਲੈ ਕੇ ਡੋਬ ਕੇ ਉਹਨਾਂ ਰਾਜਾਂ ਦੇ ਵੱਲ ਪਏ। ਐਮਪੀ ਐਨੀ ਕਿ ਮਤ ਪ੍ਰਦੇਸ਼ ਤੁਸੀਂ 65 ਸੀਟਾਂ ਤੇ ਲੜੇ ਤੇ ਜਿਹਦੇ ਵਿੱਚੋਂ ਤੁਹਾਡੀਆਂ ਜਿਹੜੀਆਂ 63 ਸੀਟਾਂ ਦੇ ਉੱਪਰ ਜ਼ਮਾਨਤ ਜਬਤ ਹੋਈ। ਤੁਹਾਡੇ ਦਾ ਵੋਟ ਤੁਹਾਨੂੰ ਮਿਲਿਆ 234000 ਦੇ ਕਰੀਬ ਤੁਹਾਨੂੰ ਵੋਟ ਮਿਲਿਆ ਤੇ ਤੁਹਾਡੇ ਤੋਂ ਵੱਧ ਵੋਟ ਜਿਹੜੇ ਨੇ ਉਹ ਨੋਟਾ ਨੂੰ ਮਿਲ ਗਏ ਨੇ। 428000 ਦੇ ਕਰੀਬ ਵੋਟ ਨੋਟਾ ਦੇ। ਬੜੀ ਵੱਡੀ ਚਪੇੜ ਮੱਧ ਪ੍ਰਦੇਸ਼ ਦੇ ਲੋਕਾਂ ਨੇ ਤੁਹਾਡੇ ਇੱਕ ਉਹਨਾਂ ਵਾਅਦਿਆਂ ਤੇ ਮਾਰੀ ਉਹਨਾਂ ਝੂਠੇ ਵਾਅਦਿਆਂ ਤੇ ਜਿਨ੍ਹਾਂ ਦੇ ਨਾਲ ਤੁਸੀਂ ਪੰਜਾਬ ਦਾ ਪੇੜਾ ਗਰਪ ਕਰ ਦਿੱਤਾ ਛੱਤੀਸਗੜ੍ਹ ਦੇ ਵਿੱਚ ਤੁਸੀਂ 54 ਸੀਟਾਂ ਤੇ ਲੜੇ ਤੇ 54 ਦੇ ਵਿੱਚੋਂ 54 ਤੇ ਤੁਹਾਡੀ ਜ਼ਮਾਨਤਾਂ ਜਬਤ ਹੋ ਗਈਆਂ ਨੇ 1 ਲੱਖ 44710 ਦੇ ਕਰੀਬ ਜਿਹੜੀਆਂ ਤੁਹਾਨੂੰ ਵੋਟਾਂ ਮਿਲੀਆਂ ਤੇ ਤੁਹਾਡੇ ਤੋਂ ਵੱਧ ਕਰੀਬ 2 ਲੱਖ ਵੋਟ ਜਿਹੜੇ ਹੈਗੇ ਉਹ ਨੋਟਾਂ ਨੂੰ ਪਏ। ਰਾਜਸਥਾਨ ਦੀ ਗੱਲ ਕਰੀ ਤੁਸੀਂ 85 ਸੀਟਾਂ ਤੇ ਲੜੇ ਤੇ 85 ਦੇ ਵਿੱਚੋਂ 84 ਤੇ ਤੁਹਾਡੀਆਂ ਜਮਾਨਤਾਂ ਜਕਤ ਹੋ ਗਈਆਂ। 1,54,000 ਦੇ ਕਰੀਬ ਤੁਸੀਂ ਵੋਟਾਂ ਲਈਆਂ ਤੇ ਤੁਹਾਡੇ ਤੋਂ ਵੱਧ ਵੋਟਾਂ ਯਾਨੀ ਕਿ 3,85,000 ਦੇ ਕਰੀਬ ਜਿਹੜੇ ਹੈਗੇ ਵੋਟ ਹੈ ਉਹ ਨੋਟਾਂ ਨੂੰ ਪਏ। ਯਾਨੀ ਕਿ ਤੁਸੀਂ ਤਾਂ ਨੋਟਾਂ ਤੋਂ ਥੱਲੇ ਚਲੇ ਗਏ। ਇਹ ਨਤੀਜੇ ਤੁਹਾਡੇ ਮੂੰਹ ਤੇ ਚਪੇੜ ਨੇ। ਉਸ ਕਾਰਜਾਂ ਤੇ ਚਪੇੜ ਮਾਰੀ ਆ ਭਾਰਤ ਦੇ ਦੂਜੇ ਰਾਜਾਂ ਨੇ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਪੰਜਾਬ ਦਾ ਐਨਾ ਪੈਸਾ ਐਨਾ ਪੈਸਾ ਤੁਸੀਂ ਉਹਨਾਂ ਰਾਜਾਂ ਦੇ ਵਿੱਚ ਇਲੈਕਸ਼ਨ ਜਿੱਤਣ ਦੇ ਲਈ ਖਰਚ ਕੀਤਾ ਹਵਾਈ ਜਹਾਜ਼ਾਂ ਦੇ ਝੂਟੇ ਹੈਲੀਕਾਪਟਰਾਂ ਦੇ ਝੂਟੇ ਉਹਨਾਂ ਰਾਜਾਂ ਦੇ ਵਿੱਚ ਵੱਡੇ ਵੱਡੇ ਹੋਟਲਾਂ ਦੇ ਵਿੱਚ ਰਹਿਣ ਸੈਣ ਦਾ ਬਿੱਲ ਉੱਥੇ ਵਰਤੀਆਂ ਜਾਣ ਵਾਲੀਆਂ ਗੱਡੀਆਂ ਦੇ ਬਿੱਲ ਉਸ ਤੋਂ ਇਲਾਵਾ ਭੋਜਨ ਦੇ ਬਿੱਲ ਸਾਰੇ ਬਿੱਲ ਸਾਰਾ ਪੈਸਾ ਕੌਣ ਭਰਿਆ ਹੈ ਪੰਜਾਬ ਪੰਜਾਬ ਦੇ ਖਾਤੇ ਵਿੱਚ ਸਾਰਾ ਪੈਸਾ ਜਾ ਰਿਹਾ ਹੈ ਕਿ ਅੱਜ ਤੁਸੀਂ ਫਿਰ 900 ਤੋਂ ਵੱਧ 940 ਦੇ ਕਰੀਬ ਕਰੋੜ ਦਾ ਜਿਹੜਾ ਹੈਗਾ ਤੁਸੀਂ ਕਰਜ਼ਾ ਫਿਰ ਲੈ ਲਿਆ ਹੈ ਆਰਬੀਆਈ ਦੇ ਉੱਪਰੋਂ ਪਲੀਜ਼ ਪੰਜਾਬ ਨੂੰ ਬਖਸ਼ ਦਿਓ ਇਹ ਕਿਹੜੀ ਤੁਹਾਡੀ ਹਾਰ ਹੈ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ 90 ਤੋਂ ਵੱਧ ਸੀਟਾ ਦਿੱਤੀਆਂ ਤਾਂ ਇਹ ਤਾਂ ਤੁਹਾਡੀ ਸਾਰੀਆਂ ਦੀ ਜਮਾਨਤਾਂ ਜ਼ਬਤ ਹੋ ਜਾਣ ਪੰਜਾਬ ਦੇ ਵਿੱਚ ਸੋ ਪਲੀਜ਼ ਪੰਜਾਬ ਦਾ ਪੈਸਾ ਠੂਕਣਾ ਬੰਦ ਕਰੋ ਔਰ ਪੰਜਾਬ ਨੂੰ ਫਿਰ ਉਹਨਾਂ ਲਈ ਤੇ ਲੈ ਕੇ ਆਓ ਜਿਨ੍ਹਾਂ ਵਾਅਦਿਆਂ ਦੇ ਨਾਲ ਤੁਸੀਂ ਸੱਤਾ ਦੇ ਵਿੱਚ ਆਏ ਸੀ ਉਮੀਦ ਕਰਦੇ ਹਾਂ ਕਿ ਮਾਨ ਸਾਹਿਬ ਸਾਡੇ ਮਾੜੀਓ ਮੁੱਖ ਮੰਤਰੀ ਇਹਨਾਂ ਗੱਲਾਂ ਨੂੰ ਵਿਚਾਰਨਗੇ ਜਿਹੜੇ ਨਤੀਜਿਆਂ ਨੇ ਚਪੇੜ ਮਾਰੀ ਹੈ ਉਹਨਾਂ ਦੇ ਕਾਰਜਾਂ ਦੇ ਉੱਪਰ ਉਹਨਾਂ ਨੂੰ ਵਿਚਾਰਨਗੇ ਉਹਨਾਂ ਤੇ ਅਮਲ ਕਰਨਗੇ ਹਜੇ ਵੀ ਮੌਕਾ ਹੈ ਸੰਭਲਣ ਦਾ ਸੰਭਲ ਜਾਓ ਨਹੀਂ ਤਾਂ ਫਿਰ ਪੰਜਾਬ ਦੀ ਜਨਤਾ ਨੇ ਸੰਭਲਣ ਦਾ ਮੌਕਾ ਨਹੀਂ ਦੇਣਾ ਧੰਨਵਾਦ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ੍ਰੀ ਅਕਾਲ